ਫੁੱਲ ਬਿਕਰ ਬਾਦਸ਼ਾਹ ਆ ਗਿਆ, ਰੀਨੋ ਦੇ ਵਿੱਚ ਛਾ ਗਿਆ। ਲਓ ਜੀ, ਜਿੱਥੇ ਬਿਕਰ ਬਾਦਸ਼ਾਹ ਜਾਂਦਾ ਸਭ ਤੋਂ ਪਹਿਲਾਂ ਹਥਿਆਰ ਜਿਹੜਾ ਉੱਥੇ ਪਿਆ ਹੁੰਦਾ। ਸੋ ਗੱਡੀ ਆਪਾਂ ਲਈ ਆ ਇਹ, ਠੀਕ ਹੈ ਜੀ। ਤੇਲ ਇਹ ਬਿਲਕੁਲ ਨਹੀਂ ਪੀਂਦੀ, ਜਿੱਥੇ ਮਰਜ਼ੀ ਲੈ ਜਾਓ। ਛੋਟੀ ਜਿਹੀ ਗੱਡੀ ਹੈ, ਇਹ ਮੈਨੂੰ ਗਿਫਟ ਕੀਤੀ ਹੈ ਸ਼ਿਕਾਗੋ 'ਚ ਪੀਜ਼ਾ ਵਿਦ ਟਵਿਸਟ ਵਾਲੇ ਹਰਪ੍ਰੀਤ ਸਿੰਘ ਦਾਈਆ ਨੇ। ਉਹ ਕਹਿੰਦਾ ਬਿਕਰਾ, ਅਸੀਂ ਜਿੱਥੇ ਵੀ ਪ੍ਰੋਗਰਾਮ ਕਰਨਾ ਹੁੰਦਾ ਹੈ, ਕੋਈ ਓਪਨਿੰਗ ਕਰਨੀ ਹੁੰਦੀ ਹੈ, ਤੂੰ ਉੱਥੇ ਪਹੁੰਚਣਾ ਹੁੰਦਾ, ਐਵੇਂ ਬੱਸਾਂ 'ਚ ਧੱਕੇ ਖਾਂਦਾ ਫਿਰੇਗਾ। ਇਹ ਗੱਡੀ ਦੀ ਚਾਬੀ ਉਹਨਾਂ ਨੇ ਮੈਨੂੰ ਦੇ ਦਿੱਤੀ, ਆਹ ਦੇਖੋ ਜੀ ਇਹਦੀ ਚਾਬੀ। ਗੱਡੀ ਵੱਡੀ ਹੈ ਥੋੜ੍ਹੀ ਜਿਹੀ, ਚਲੋ ਪਹਿਲਾਂ ਇੱਥੇ ਬੈਠ ਕੇ ਸਾਹਿਬ ਨਾਲ ਗੱਲਬਾਤ ਕਰ ਲਈਏ ਅਤੇ ਫਿਰ ਸ਼ਿਕਾਗੋ ਪੀਜ਼ਾ ਚੱਲਾਂਗੇ। ਲੈ ਵੀ ਬਿਕਰ ਬਾਦਸ਼ਾਹ, ਪਹਿਲਾਂ ਇੱਥੇ ਬੈਠ ਕੇ ਥੋੜ੍ਹੀ ਜਿਹੀ ਰੈਸਟ ਕਰੀਏ। ਰੈਸਟ ਰੈਸਟ ਇਜ਼ ਬੈਸਟ, ਨੀਅਰ ਦਾ ਟੈਸਟ, ਸੇਜ ਬਾਈ ਮਹਾਤਮਾ ਗਾਂਧੀ। ਮਹਾਤਮਾ ਗਾਂਧੀ ਪਤਾ ਨਹੀਂ ਕਿਹੜੇ ਵੇਲੇ ਕਹਿ ਗਿਆ। ਕੋਈ ਗੱਲ ਨਹੀਂ ਜੀ, ਆਪਾਂ ਜਨਾਬ ਨੂੰ ਦੱਸ ਦਈਏ ਆਈ ਐਮ ਰੀਚਡ ਐਟ ਦਾ ਸ਼ਿਕਾਗੋ 'ਚ ਪੀਜ਼ਾ ਵਿਦ ਟਵਿਸਟ ਇਨ ਦਾ ਰੀਨੋ, ਜਿੱਥੇ ਬਹੁਤ ਨੇ ਕਸੀਨੋ। ਉਹ ਜਨਾਬ ਜੀ, ਜੈਨ ਜੀ, ਮੈਂ ਕਿਹਾ ਜੀ ਲੋਕਾਂ ਦੀਆਂ ਤਾਂ ਕਹਿੰਦੇ ਨੇ ਪੰਜੇ ਉਂਗਲਾਂ ਕਿਉਂ ਹੁੰਦੀਆਂ, ਮੇਰੀਆਂ ਦਸੇ ਉਂਗਲਾਂ ਹੱਥਾਂ ਦੀਆਂ, ਦਸੇ ਪੈਰਾਂ ਦੀਆਂ, ਸਾਰੀਆਂ ਹੀ ਘਿਓਜ ਆ ਜੀ। ਉਹ ਜਨਾਬ ਮੈਂ ਪਹੁੰਚ ਗਿਆ ਰੀਨੋ, ਹਾਂ, ਜਿੱਥੇ ਬੜੇ ਨੇ ਕਸੀਨੋ ਅਤੇ ਉੱਥੇ ਜਾਂਦੇ ਨੇ ਤੁਹਾਡੇ ਵਰਗੇ ਕਮੀਨੋ। ਹਾਂਜੀ, ਰਵੀਨੋ ਪੈਂਦਾ ਜੀ, ਰੀਨੋ ਜਿਹੜਾ ਇਹ ਪੈਂਦਾ, ਕਿਸੇ ਕੁੜੀ ਦਾ ਨਾਮ ਨਹੀਂ ਹੈ, ਸ਼ਹਿਰ ਦਾ ਨਾਮ ਆ ਰੀਨੋ, ਕੁੜੀਆਂ ਦੇ ਨਾਂ ਰੀਨਾ ਹੁੰਦੇ ਆ। ਹਾਂ, ਇਹ ਨਵਾਡਾ ਦੇ ਵਿੱਚ ਪੈਂਦਾ ਜੀ, ਸਟੇਟ ਨਵਾਡਾ, ਜਿਵੇਂ ਪੰਜਾਬ 'ਚ ਨਹੀਂ ਪੁਲਿਸ ਵਾਲੇ ਕਹਿ ਦਿੰਦੇ ਵੀ ਲਾ ਵਾਡਾ ਪੈਸਿਆਂ ਨੂੰ, ਇਹ ਕਹਿੰਦੇ ਵੀ ਨਾ ਵਾਡਾ, ਨਵਾਡਾ ਸਟੇਟ ਆ ਜੀ। ਹਾਂ, ਇੱਥੇ ਉਹਨਾਂ ਦਾ ਹਰਪ੍ਰੀਤ ਸਿੰਘ ਦਾਈਆ ਜਿਹੜੇ ਹੈਗੇ ਨੇ ਸ਼ਿਕਾਗੋ 'ਚ ਪੀਜ਼ਾ ਵਾਲੇ, ਹਾਂ, ਉਹਨਾਂ ਨੇ ਇੱਕ ਹੋਰ ਲੋਕੇਸ਼ਨ ਖੋਲ੍ਹੀ ਹੈ ਜੀ, ਨਾ ਪਹਿਲਾਂ ਵੀ ਖੋਲ੍ਹੀ ਹੈ ਤਾਂ ਹੋਰ ਨਹੀਂ ਖੋਲ੍ਹ ਸਕਦੇ, ਅਤੇ ਪੁਲਿਸ ਵਾਲਾ ਇੱਕ ਬੰਦੇ ਤੋਂ ਰਿਸ਼ਵਤ ਲੈ ਲਿਆ, ਦੂਜੇ ਤੋਂ ਲੈਂਦਾ, ਹੱਦ ਕਰੀ ਜਾਂਦੇ ਜਨਾਬ ਤੁਸੀਂ ਵੀ। ਇਹਨਾਂ ਨੇ ਵੀ ਇੱਥੇ ਹੋਰ ਲੋਕੇਸ਼ਨ ਖੋਲ੍ਹੀ ਆ ਰੀਨੋ ਦੇ ਵਿੱਚ, ਵਰਜੀਨੀਆ ਸਟਰੀਟ ਪੈਂਦੀ ਹੈ, ਸਾਊਥ ਵਰਜੀਨੀਆ, ਉੱਥੇ ਦਾਸ ਪਹੁੰਚ ਚੁੱਕਾ। ਇੱਥੇ ਦੀ ਗ੍ਰੈਂਡ ਓਪਨਿੰਗ ਹੋਣੀ ਹੈ, ਗ੍ਰੈਂਡ, ਔਰ ਗ੍ਰੈਂਡ ਓਪਨਿੰਗ ਜਿਹੜੀ ਹੈ ਫਿਰ ਉਹ ਵੀ ਮੈਂ ਤੁਹਾਨੂੰ ਸਾਰੀ ਦੱਸੂੰਗਾ ਵੀ ਕਿਵੇਂ ਕਿਵੇਂ ਹੋਈ ਆ। ਜਨਾਬ ਗੱਲ ਸੁਣੋ ਮੇਰੀ ਇੱਕ ਮਿੰਟ, ਉਹ ਹੈ ਤਾਂ ਨੇੜੇ ਤੇੜੇ, ਉਹ ਜਨਾਬ ਸੇਵਾ ਪਾਣੀ ਵੀ ਕਰਨਗੇ ਕਿ ਨਹੀਂ ਇਹ? ਹਾਂ ਹਾਂ, ਨਹੀਂ ਉਹ ਤਾਂ ਜਨਾਬ ਜਿੱਥੇ ਪਹਿਲੀ ਵਾਰ ਗਏ ਆ ਨਾ, ਪਹਿਲਾਂ ਵੀ ਜਿੰਨੀ ਵਾਰ ਗਏ ਆ, ਸੈਕਰਾਮੈਂਟੋ, ਨਿਊਯਾਰਕ, ਸਭ ਜਗ੍ਹਾ ਸੇਵਾ ਬਹੁਤ ਕਰਦੇ ਨੇ ਇਹ। ਹਾਂਜੀ ਹਾਂਜੀ, ਚਲੋ ਆਈ ਐਮ ਦਾ ਨਾਓ ਫੀਲਿੰਗ ਸਮ ਬੈਟਰ ਐਂਡ ਦਾ ਰਿਲੈਕਸ ਟੂ ਗੋ ਇਨ ਸਾਈਡ ਆਫ ਦਾ ਪੀਜ਼ਾ। ਠੀਕ ਹੈ ਜੀ, ਹੁਣ ਮੂੰਹ 'ਚ ਲਾ ਲਾ ਨਾ ਸਿੱਟਿਓ, ਤੁਹਾਡੇ ਉਹਨੂੰ ਭੇਜੋ ਨਾ ਮੇਰੇ ਕੋਲ। ਓਕੇ ਜੀ, ਲੈ ਬਈ ਬਿਕਰਾ, ਓ ਜੀ ਸਾਹਮਣੇ ਸ਼ਿਕਾਗੋ ਪੀਜ਼ਾ, ਅਤੇ ਚਲੀਏ ਫਿਰ ਦੇਖੀਏ ਕੀ ਆ ਮਾਹੌਲ। ਸੋਰੀ, ਫੋਨ ਤਾਂ ਕੱਟਿਆ ਗਿਆ ਸੀ, ਦੇਖੀਏ ਫਿਰ ਕੀ ਆ ਮਾਹੌਲ। ਆਹਾ ਓਹੋ, ਬੱਲੇ ਬੱਲੇ ਬਿਕਰਾ, ਡਾਂਡੇ ਮੀਂਡੇ ਤੁਰਦਾ ਤੁਰਦਾ ਪਹੁੰਚ ਗਿਆ ਸ਼ਿਕਾਗੋ 'ਚ ਪੀਜ਼ਾ। ਇੰਨੇ ਪਹਾੜ ਇੱਥੇ, ਇੰਨੇ ਪੱਥਰ ਨੇ, ਮੈਂ ਕਹਿੰਦਾ ਰਾਜਸਥਾਨ ਦੇ ਵਿੱਚ ਵੀ ਨਹੀਂ ਹੋਣੇ। ਉਹ ਤੇਰੀ ਬਚਾ ਕੇ ਉਹ ਲੱਤ ਬਾਹ ਤੜਾ ਲਈ। ਇਹ ਹੈ ਜੀ ਸ਼ਿਕਾਗੋ 'ਚ ਪੀਜ਼ਾ ਵਿਦ ਟਵਿਸਟ, ਹਾਊਸ ਆਫ, ਨਹੀਂ, ਹੋਮ ਆਫ ਔਥੈਂਟਿਕ ਇੰਡੀਅਨ ਪੀਜ਼ਾ। ਲਓ ਜੀ, ਫੋਨ ਨੰਬਰ ਵੀ ਨਾਲ ਲਿਖਿਆ, ਘਰ ਕੋਲ ਪੀਜ਼ਾ ਮੰਗਾਉਣਾ ਹੋਵੇ ਤਾਂ ਚੱਲਦੇ ਅੰਦਰ। ਲਓ ਜੀ, ਆਪਾਂ ਹੁਣ ਪਹੁੰਚ ਚੱਲੇ ਹਾਂ ਸ਼ਿਕਾਗੋ 'ਚ ਪੀਜ਼ਾ ਵਿਦ ਟਵਿਸਟ ਦੇ ਅੰਦਰ। ਐਂ ਆ ਜੀ, ਦੇਖੋ ਕਿੰਨੀ ਟੌਰ ਬਿਕਰ ਬਾਦਸ਼ਾਹ ਦੀ। ਬੋਲੇ ਬੋਲੇ ਬੋਲੇ, ਵੀ ਬਹਿ ਜਾ ਕਰਾਈ ਪਈ ਇੱਥੇ ਤਾਂ, ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ। ਹੈਲੋ, ਯੈਸ, ਦਿਸ ਇਜ਼ ਦਾ ਬਿਕਰ ਬਾਦਸ਼ਾਹ ਐਂਡ ਦਾ, ਹਾਊ ਆਰ ਯੂ? ਆਈ ਐਮ ਡੂਇੰਗ ਗੁੱਡ। ਯੂ ਨੋ ਥੋੜ੍ਹੀ ਬਹੁਤ ਪੰਜਾਬੀ? ਹਾਂਜੀ। ਫਿਰ ਠੀਕ ਹੈ ਜੀ, ਮੈਂ ਅੰਗਰੇਜ਼ੀ ਮੁੱਕ ਜਾਣੀ ਜੀ ਮੇਰੀ ਅਸਲ 'ਚ ਨਾ। ਠੀਕ ਹੈ ਜੀ, ਕੀ ਨਾਮ ਤੁਹਾਡਾ? ਦੀਪ। ਦੀਪ ਦੋ ਤਰ੍ਹਾਂ ਦੇ ਹੁੰਦੇ, ਇੱਕ ਤਾਂ ਦੀਪ ਜਿਹੜਾ ਜਗਦਾ ਹੁੰਦਾ ਜੀ ਦੀਵਾ, ਇੱਕ ਦੀਪ ਹੁੰਦਾ ਅੰਗਰੇਜ਼ੀ ਵਾਲਾ ਡੂੰਘਾ। ਤੁਸੀਂ ਦੋਹਾਂ 'ਚੋਂ ਕਿਹੜੇ ਹੋ? ਤੁਸੀਂ ਜਿਹੜਾ ਮਰਜ਼ੀ ਸਮਝ ਲਓ ਜੀ। ਅੱਛਾ, ਡੂੰਘੇ ਬੰਦੋ ਹੈਗੇ ਨੇ। ਇਹ ਸ਼ਿਕਾਗੋ ਪੀਜ਼ਾ ਮੈਂ ਆਇਆ ਜੀ, ਕੀ ਮਾਹੌਲ ਇੱਥੇ? ਬਹੁਤ ਵਧੀਆ ਜੀ, ਬਹੁਤ ਫਨ ਹੋ ਰਿਹਾ ਜੀ। ਗ੍ਰੈਂਡ ਓਪਨਿੰਗ ਹੋ ਗਈ ਪੂਰੀ? ਹਾਂਜੀ ਹਾਂਜੀ, ਬਹਿ ਜਾ ਹੋ ਗਈ ਜੀ। ਠੀਕ ਹੈ ਜੀ, ਠੀਕ ਹੈ। ਸੋ ਅਤੇ ਮੈਂ ਪੁੱਛ ਸਕਦਾ ਜੀ ਇਹਨਾਂ ਨੂੰ, ਲੋਕਾਂ ਨੂੰ ਵੀ ਪੀਜ਼ਾ ਕਿੱਦਾਂ ਲੱਗਿਆ? ਬਿਲਕੁਲ ਜੀ, ਠੀਕ ਹੈ ਜੀ, ਪੁੱਛਦੇ। ਚਲੋ, ਇਹ ਤਾਂ ਬਫੇ ਟਾਈਪ ਹੀ ਲੱਗਦਾ ਪੀਜ਼ੇ ਦੇ ਨਾਲ। ਬਹਿ ਜਾ, ਮੈਂ ਕਹਿੰਦਾ ਮੂੰਹ 'ਚ ਪਾਣੀ ਆ ਗਿਆ ਦੇਖ ਕੇ ਹੀ, ਅਤੇ ਸੁੱਖ ਨਾਲ ਲੋਕ ਖਾ ਵੀ ਰਹੇ ਨੇ, ਵਧੀਆ ਪੀਜ਼ਾ ਬਹੁਤ ਵਧੀਆ ਖਾ ਰਹੇ ਨੇ। ਹੈਲੋ ਸਰ। ਹੈਲੋ, ਹਾਂਜੀ। ਵਾਹ ਜੀ ਵਾਹ, ਪਹਿਲਾਂ ਹੀ ਅੰਗਰੇਜ਼ੀ। ਟੂਡੇ ਪੀਜ਼ਾ ਫਰੀ? ਯੈਸ। ਐਂਡ ਦਿਸ ਵਨ ਜੀ ਦਾ ਦਾਰੂ ਫਰੀ? ਯੈਸ। ਗੈਟ ਮੀ 2-3 ਬੋਟਲਸ ਫਰੀ? ਹਾਊ ਮੈਨੀ? ਵਾਟ? 3-4 ਬੋਟਲਸ ਜਸਟ।
free. You want free bottles? Bottle. I'll give you bottles here. You want bottles? I'll give you bottles. Yeah. You okay? Yeah. I'll give you okay. You can give me money also? No, no money. You want money free? Pizza free? Pizza free. The curry chicken. I'm curry chicken. The pasta is free. Chicken wings are free. Pizza is free. Everything. Soda is free today. ਭਾਜੀ ਮੇਰੀ ਅੰਗਰੇਜ਼ੀ ਮੌਕੇ ਤੁਸੀਂ ਆ ਜਾਓਗੇ ਹਾਂਜੀ ਹਾਂਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਮਨਪ੍ਰੀਤ ਮਨਪ੍ਰੀਤ ਜੀ ਅੱਜ ਸ਼ਿਕਾਗੋ ਪੀਜ਼ਾ ਦੀ ਉਹ ਗ੍ਰੈਂਡ ਓਪਨਿੰਗ ਜਿਹੜੀ ਹੋ ਰਹੀ ਹੈ ਬੜੀ ਵਧੀਆ ਘੈਂਟ ਤਕੜੇ ਤਰੀਕੇ ਨਾਲ ਹੋਈ ਜਾਂਦੀ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਇਸ ਲੋਕੇਸ਼ਨ ਬਾਰੇ ਸਾਰਿਆਂ ਵਾਸਤੇ ਫਰੀ ਆ ਯੂ ਨੋ ਟਰਾਈ ਕਰਨ ਵਾਸਤੇ ਪੀਜ਼ਾ ਕਮ ਟਰਾਈ ਕਰੋ ਪਾਸਤਾ ਹੈਗਾ ਇਹਨਾਂ ਦਾ ਤੇ ਚਿਕਨ ਵਿੰਗਸ ਹੈਗੇ ਇੰਡੀਅਨ ਸਟਾਈਲ ਪੀਜ਼ਾ ਵਿਦ ਟਵਿਸਟ ਕਹਿੰਦੇ ਆ ਇਹਨਾਂ ਦਾ ਤਾਈ ਕਿਉਂਕਿ ਅਮੈਰੀਕਨ ਪੀਜ਼ਾ ਹੈ ਪਰ ਇੰਡੀਅਨ ਸਟਾਈਲ ਤੋ ਬਟਰ ਚਿਕਨ ਇੱਦਾਂ ਕੁਛ ਚਿਕਨ ਟਿੱਕਾ ਮਸਾਲਾ ਪਨੀਰ ਯੈਸ ਵਾਟ ਆਰ ਯੂਰ ਨੇਮ ਗੇਬਰੀਅਲ ਔਰ ਡੀਜੇ ਰੀਵਾਈਂਡ ਡੀਜੇ ਆਪਣਾ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਕ ਨਾ ਤੁਹਾਡੇ ਵਰਗਾ ਬੰਦਾ ਜਮਾਂ ਸੈਕਰਾਮੈਂਟੋ ਹੁੰਦਾ ਅੱਛਾ ਜੀ ਮੇਰਾ ਵੈਸੇ ਹੀ ਇਜ਼ ਗੁੱਡ ਫਰੈਂਡ ਟੂ ਮੀ ਹਾਂਜੀ ਹਾਂਜੀ ਐਂਡ ਨਾਮ ਹੈਗਾ ਉਹਨਾਂ ਦਾ ਜੌਨੀ ਬਿਲਕੁਲ ਬੱਗਾ ਜੌਨੀ ਬੱਗਿਆ ਜੋਲਰ ਦੇ ਹੈਗੇ ਨੇ ਮਸ਼ਹੂਰ ਬਿਲਕੁਲ ਬਿਲਕੁਲ ਹਾਂਜੀ 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 ਤੇ ਉਹ ਵੀ ਜਮਾਂ ਤੁਹਾਡੇ ਵਰਗੀ ਸ਼ਕਲ ਹੈ ਬਸ ਉਹ ਹੈ ਸ਼ਕਲ ਮੇਨੇ ਮਿਲਦੀ ਹੈ ਜੀ ਅੱਛਾ ਅੱਛਾ ਬਿਲਕੁਲ ਮਤਲਬ ਜੁੜਵਾ ਭਰਾ ਤੁਸੀਂ ਜੁੜਵਾ ਭਰਾ ਹੈ ਮਤਲਬ ਕੁੰਭ ਦੇ ਮੇਲੇ ਦੇ ਵਿਛੜੇ ਸੀ ਕੁੰਭ ਦੇ ਮੇਲੇ ਵਿਛੜੇ ਭਾਜੀ ਕਿਉਂ ਮੁੱਕੇ ਜਾਂਦੇ ਤੁਸੀਂ ਉਹੋ ਹੀ ਹੋ ਉਹੋ ਹੀ ਹੈ ਠੀਕ ਹੈ ਤੁਹਾਡੇ ਕੋਲ ਕਿਹੜਾ ਗਿਫਟ ਲੈਣਾ ਸੀ ਸਤਿ ਸ਼੍ਰੀ ਅਕਾਲ ਜੀ ਅੱਜ ਸ਼ਿਕਾਗੋ 'ਚ ਪੀਜ਼ਾ ਤੁਸੀਂ ਰੀਨੋ ਪਹੁੰਚੇ ਹੋਏ ਹੋ ਕਮਾਲ ਅੱਜ ਅਸੀਂ ਰੀਨੋ ਪਹੁੰਚ ਗਏ ਜੀ ਅੱਛਾ ਤੇ ਖਾਸ ਇੱਦਾਂ ਆਪਣੇ ਬਹੁਤ ਪ੍ਰੇਮੀ ਬੰਦੇ ਬਿਸ਼ਨ ਭਾਜੀ ਹੋਣੀ ਪਹਿਲਾਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਹਰਪ੍ਰੀਤ ਭਾਜੀ ਉਹਨਾਂ ਨੂੰ ਮੁਬਾਰਕਾਂ ਜੀ ਤੁਹਾਨੂੰ ਭਾਅ ਜੀ ਬਹੁਤ ਬਹੁਤ ਮੁਬਾਰਕਾਂ ਜੱਜ ਪੰਜਾਬੀ ਨੂੰ ਸਾਰਿਆਂ ਨੂੰ ਮੁਬਾਰਕਾਂ ਸਾਡੇ ਬੱਗਾ ਜੂਲਰ ਵੱਲੋਂ ਅਤੇ ਬਹੁਤ ਬਹੁਤ ਬਹਿਲ ਬਹਿਜ ਹੋ ਜਾਣੀ ਜੀ ਤੁਹਾਡਾ ਕੀ ਹਾਲ ਆਪਾਂ ਪਹਿਲਾਂ ਵੀ ਤੁਹਾਨੂੰ ਪਤਾ ਆਏ ਸੀ ਤੁਹਾਡੇ ਕੋਲ ਹਾਂਜੀ 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 ਹੇਅਰ ਸਟਾਈਲ ਹੁਣ ਵੀ ਇਹੀ ਸੀ ਉਹ ਤਾਂ ਹੁਣ ਵੀ ਇਹੀ ਆ ਇਹੀ ਰੱਖਣਾ ਹੁਣ ਇਹੀ ਰੱਖਣਾ ਇਹੀ ਇਹੀ ਵਧੀਆ ਠੀਕ ਹੈ ਚੰਗਾ ਵੈਸੇ ਹਾਂਜੀ ਹਾਂਜੀ ਕੰਗੀ ਦੇ ਪੈਸੇ ਬਚ ਕੰਗੀ ਦੇ ਪੈਸੇ ਬਚ ਠੀਕ ਹੈ ਜੀ ਹਾਂਜੀ ਪੀਜ਼ਾ ਤਾਂ ਫਿਰ ਤੁਹਾਨੂੰ ਪਤਾ ਉੱਥੇ ਸੈਕਰਾਮੈਂਟੋ ਵੀ ਹੈਗਾ ਸੇਮ ਵਧੀਆ ਇਹਨਾਂ ਦਾ ਸਾਰਾ ਹਾਂਜੀ ਨਹੀਂ ਸ਼ਿਕਾਗੋ ਪੀਜ਼ਾ ਬਹੁਤ ਵਧੀਆ ਵਾ ਤੇ ਬਹੁਤ ਵਧੀਆ ਤਰੀਕੇ ਨਾਲ ਬਣਾਉਂਦੇ ਆ ਇਹ ਹਾਂਜੀ ਬਹੁਤ ਵਧੀਆ ਹਾਂਜੀ ਤੁਹਾਡਾ ਕੀ ਨਾਮ ਦੱਸ ਦਿਓ ਪਹਿਲਾਂ ਸੋਨਮ ਤੇ ਤੁਹਾਨੂੰ ਕਿਹੜਾ ਪੀਜ਼ਾ ਵਧੀਆ ਲੱਗਦਾ ਸ਼ਿਕਾਗੋ ਪੀਜ਼ਾ ਸ਼ਿਕਾਗੋ ਪੀਜ਼ਾ ਨਹੀਂ ਸ਼ਿਕਾਗੋ ਪੀਜ਼ਾ ਦਾ ਕਿਹੜਾ ਖਾਸ ਪੀਜ਼ਾ ਹੋਰ ਕਿਹੜਾ ਵੈਜ ਵੈਜ ਹਾਂਜੀ ਠੀਕ ਹੈ ਵੈਜ ਵੀ ਵਧੀਆ ਜੀ ਇਹਨਾਂ ਦਾ ਹਾਂਜੀ ਉਹ ਚੰਗੀ ਗੱਲ ਇਹ ਆ ਵੀ ਵੈਜ ਦੇ ਵਿੱਚ ਵਧੀਆ ਹਾਂ ਵਧੀਆ ਬਣਾਉਂਦੇ ਆ ਪੈਂਚੀਆਂ ਕੁੱਟੀਆਂ ਵੈਜ ਵਾਲੀਆਂ ਜਿਹੜੀ ਨੌਨ ਵੈਜ ਨੂੰ ਲੱਗਦੀਆਂ ਉਹ ਹਾਂ ਨਹੀਂ ਉਹ ਸੈਪਰੇਟ ਹੁੰਦੀਆਂ ਜਿਹੜੇ ਕਟਰ ਬਿਲਕੁਲ ਬਿਲਕੁਲ ਚਲੋ ਜੀ ਕਰੋ ਇੰਜੋਏ ਫਿਰ ਮਿਲਦੇ ਆ ਜਰੂਰ ਜੀ ਬਹੁਤ ਬਹੁਤ ਥੈਂਕ ਯੂ ਜਰੂਰ ਜੀ ਜਾਨੀ ਬੱਗਾ ਜੂਲਰ ਦੀ ਬੱਗਾ ਜੂਲਰ ਸੈਕਟਰ ਥੈਂਕ ਯੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਹੈ ਵਧੀਆ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵੰਡੀਆਂ ਨੇ ਪੀਜ਼ਾ ਅੱਜ ਫ੍ਰੀ ਹਾਂਜੀ ਕਿੰਨੇ ਦਿਨ ਫ੍ਰੀ ਰੱਖਣਾ ਕਿੰਨੇ 7 ਵਜੇ ਤੱਕ 7 ਦਿਨ ਨਾ ਨਾ ਕੱਲ੍ਹ ਕੀ ਦਿਨ ਇੱਕ ਦਿਨ ਅੱਛਾ ਮੈਂ ਕਿਹਾ 7 ਦਿਨ ਕਿਤੇ ਪੁਲਿਸ ਵਾਲਾ ਤਾਂ ਫ੍ਰੀ ਆ ਉਹ ਬੱਲੇ 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 ਕਮਾਲ ਹੋ ਗਈ ਮਹਾਰਾਜ ਕਮਾਲ ਹੋ ਗਈ ਹਰਪ੍ਰੀਤ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖੋ ਜੀ ਇਹਨੂੰ ਕਹਿੰਦੇ ਨੇ ਮਿਹਨਤ ਐਵੇਂ ਨਹੀਂ ਲੋਕੇਸ਼ਨਾਂ 35-40 ਹੋਈਆਂ ਸ਼ਿਕਾਗੋ 'ਚ ਪੀਜ਼ਾ ਵਿਦ ਟਵਿਸਟ ਦੀਆਂ ਆਹ ਦੇਖੋ ਹਰਪ੍ਰੀਤ ਭਾਜੀ ਜਿਹੜੇ ਕਿ ਫਾਊਂਡਰ ਨੇ ਇਸ ਪੀਜ਼ਾ ਦੇ ਉਹ ਖੁਦ ਕੰਮ ਕਰਨ ਲੱਗੇ ਹੋਏ ਨੇ ਇੱਥੇ ਸੇਵਾ ਕਰ ਰਹੇ ਨੇ ਖੁਦ ਅੱਜ ਭਾਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਵਧਾਈਆਂ ਜੀ ਸਤਿ ਸ਼੍ਰੀ ਅਕਾਲ ਭਾਜੀ ਤੁਹਾਨੂੰ ਜ਼ਿਆਦ੾ੀਆਂ ਜੀ ਅਸੀਂ ਕਾਹਦੀ ਮਿਹਨਤ ਕੰਡ ਹੈ ਭਾਜੀ ਤੁਸੀਂ ਮਸ਼ਹੂਰੀ ਕੰਡ ਹੈ ਭਾਜੀ ਬਾ ਕਮਾਲ ਦੀ ਗੱਲ ਹੈ ਪਰਮਾਤਮਾ ਦਾ ਸ਼ੁਕਰ ਜੀ ਕਿੰਨੀਵੀਂ ਲੋਕੇਸ਼ਨ ਹੋ ਗਈ ਅੱਜ ਇਹ ਭਾਜੀ ਇਹ ਸਾਡੀ 44 ਹੋ ਗਈ ਮੈਂ ਮੇਰੇ ਕੋਲ 35 ਜਦੋਂ ਆਇਆ ਸੀ ਨਾ ਉੱਥੇ ਹਾਂਜੀ 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 ਤੇ ਚਲੋ ਇੱਥੇ ਆਪਾਂ ਸਾਰੇ ਜਿਹੜੇ ਹੈਗੇ ਨੇ ਇਹ ਬਹੁਤ ਵਧੀਆ ਮਾਹੌਲ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਇਹਨਾਂ ਨੇ ਸ਼ੁਰੂ ਕੀਤਾ ਸੀਗਾ 5 ਸਾਲ ਹੋ ਗਏ ਹੁਣ ਕਿ 5.5 ਸਾਲ ਹੋ ਗਏ ਹਾਂਜੀ 5.5 ਸਾਲ ਹੋ ਗਏ ਜੀ ਠੀਕ ਹੈ ਜੀ 2014 'ਚ ਕੀਤਾ ਜੀ ਦੇਖੋ ਜੀ ਵੈਸੇ ਤਾਂ ਦੱਸਦੇ ਰਹਿੰਦੇ ਅਸੀਂ ਸਾਡੇ ਦਰਸ਼ਕਾਂ ਨੂੰ ਹਾਂਜੀ ਜਿਹੜੇ ਘਰਾਂ 'ਚ ਬੈਠੇ ਨੇ ਪੂਰੀ ਦੁਨੀਆ 'ਚ ਹਾਂਜੀ ਸ਼ਿਕਾਗੋ 'ਚ ਪੀਜ਼ਾ ਬਾਰੇ ਫਿਰ ਵੀ ਤੁਸੀਂ ਇੱਕ ਵਾਰੀ ਜ਼ਰੂਰ ਜਾਣਨਾ ਪਾਓ ਕਿ ਤੁਹਾਡੇ ਦਿਮਾਗ 'ਚ ਇਹ ਇੰਨਾ ਵਧੀਆ ਆਈਡੀਆ ਕਿਵੇਂ ਆਇਆ ਜਿਹੜਾ ਮੁੜ ਕੇ ਇਕੱਲੇ ਪੰਜਾਬੀਆਂ 'ਚ ਹੀ ਨਹੀਂ ਬਲਕਿ ਪੂਰੀ ਹਰ ਕਮਿਊਨਿਟੀ ਦੇ ਵਿੱਚ ਛਾਇਆ ਪਿਆ ਗੋਰਿਆਂ 'ਚ ਵੀ ਕਾਲਿਆਂ 'ਚ ਵੀ ਇਹ ਭਾਅ ਜੀ ਆਪਾਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਬਈ ਚੰਗੀ ਚੀਜ਼ ਦਾ ਜਿੰਨੀ ਮਰਜ਼ੀ ਜ਼ਿਕਰ ਕਰ ਲਓ ਕੋਈ ਹਾਂਜੀ ਇਹ ਜਿਹੜਾ ਆਈਡੀਆ ਇੱਦਾਂ ਬਈ ਆਪਣੇ ਮੁੰਡੇ ਪਹਿਲਾਂ ਵੀ ਤੁਹਾਨੂੰ ਮਿਲੇ ਆ ਸ਼ਰਨ ਅਤੇ ਨਵੀਨ ਇਹ ਦੋਨੇ ਜਾਣੇ ਇੱਦਾਂ ਹੀ ਬਸ ਖੇਡਾਂ ਖੇਡਦੇ ਖੇਡਦੇ ਫੂਡ ਬਣਾਉਣ ਲੱਗ ਪਏ ਫੂਡ ਬਣਿਆ ਸਵਾਦ ਲੱਗਾ ਉਹ ਤੋਂ ਦੇਖਿਆ ਵੀ ਜੇ ਆਪਾਂ ਨੂੰ ਸਵਾਦ ਲੱਗਾ ਤਾਂ ਆਪਾਂ ਸਾਰਿਆਂ ਨੂੰ ਸਵਾਦ ਲਵਾ ਸਕਦੇ ਹਾਂ ਹੈ ਨਾ ਸੋ ਇਹ ਜਿਹੜੀ ਇਨਵੈਂਸ਼ਨ ਸੀਗੀ ਉਹ ਆਪਾਂ ਇਹ ਹਿਸਾਬ ਨਾਲ ਦੇਖੀ ਵੀ ਜਿੱਦਾਂ ਆਪਾਂ ਜਦੋਂ ਅਮੈਰੀਕਾ ਆਏ ਸੀ ਉਦੋਂ ਆਪਾਂ ਅਮੈਰੀਕਨ ਫੂਡ ਖਾਂਦੇ ਸੀ ਅਤੇ ਹੁਣ ਆਪਣੀ ਵਾਰੀ ਆ ਅਮੈਰੀਕਨ ਨੂੰ ਇੰਡੀਅਨ ਫੂਡ ਖਵਾਉਣ ਦੇ ਦੇਖੋ ਜੀ ਪਹਿਲਾਂ ਗੋਰਿਆਂ ਨੇ ਰਾਜ ਕੀਤਾ ਹੁਣ ਆਪਾਂ ਗੋਰਿਆਂ ਦੇ ਰਾਜ ਕਰ ਰਹੇ ਹਾਂ
और फूड से भी जो राज किया इतने ये नाल की रीस की हैगी और सब तो वधिया गल जो पंजाबी साडे जिथे भी जाइए आप नवाडा च भी जाइए चाहे कैलीफोर्निया चाहे न्यूयॉर्क जिथे मर्जी जाइए सब तो वधिया जी थोड़ी गल पंजाबी कहिंदे ने जी जिहड़े वैष्णो ने प्योर वैजी ने जिहड़े कि अंडा मीट नूं हाथ नहीं लाउंदे वो सब तो वध खुश ने भी साडी पसंद की चीज़ कितें मिलती ही नहीं सी इत्थे मिलती सी फिर ये जो वेज वास्ते कटर अलग मशीन अलग ये भी आइडिया शुरू तो ही सी कि बाद दे विच होया नहीं ये तो शुरू तो सी जदों हुण असी पीजे का कम नहीं करते सी हुण साडे बजुर्ग घरे अमृत छके उन्होंने कहना भी काका जी तुम लैके आना साढ़े लिए उतों लियायो जितों के सानू पता भी वैजीटेरियन ही मिले वो तुम पता भी अमेरिका के बहुत हार्ड है ना तरह तरह के हाँ सो ये फिर असी ये सोच के किया बी असी जो आटा आ ना बेस आनू वैजीटेरियन रखना कोई आंडा नहीं कोई उस डेरी नहीं वो प्योर वैजीटेरियन रखना फिर जड़िया सॉस आ जिन्या अं यूज़ करते हैं उस किसी आंडा नहीं किसी के दूजा अपना नहीं पाना है जिदे करके कि वैजीटेरियन एनीमल तो कुछ आता हो चीज़ के एनीमल तो कुछ आता हो सारिया चीज़ा असं जड़िया बेस आ सारे प्योर रखे आ सो इदा वा भी जे वैजीटेरियन उन्हों का बेस प्योर आ जे कोई मेरा अर्गा भैन भराई कहता भी मैं नॉन वेज खाना उत्ते मीट पावे चलो जी हम सेंचुरी कदों मारनी पिछे की दस दौ उधरों तो विराट कोहली सेंचुरियां मारी जाता रोहित शर्मा मारी जाता और मैं लगता थोड़ी भी सेंचुरी जी वजनी छेती सेंचुरी की तो इदा आ भी अजे खुलियां खुलियां की सेंचुरी नहीं बजी पर असी स्टेट हायो दे 75 लोकेशन साइन अप कीतियां कली स्टेट दे विच ते उहदा जिहड़ा प्रोजेक्ट शुरू होने वाला तो मतलब भी वो सारिया उधर सिनसिनैटी ओहायो क्लीवलैंड सारिया सिटिया के तुहानू हौली हौली मतलब आऊगा भी लोकेशन तो लोकेशन आफ्टर कर रही है टैक्सिस जाके उत्थे तुहाडे शिकागो पीजन याद करदे सी कहिंदे साडे इत्थे है नहीं मैं कहा कोई नहीं फिक्र ना करो मैं जाना उन्हां कोले हुण कल नूं शिकागो आपां टैक्सिस दे विच उत्थे ह्यूस्टन दे विच सीगे साडे दोस्त मित्र मैं कहा इत्थे भी आपां खिलाफ कोई नहीं फिक्र ना करो भाजी ताकि गल आप सच ही कर दें ह्यूस्टन के लोकेशन अपनी महीने की डेढ़ महीने में खुलने वाली एयरपोर्ट के लागे ऑलरेडी बन रही है पहुंचे लो जी पहुंचे लो थैंक यू वेरी मच वैसे बहजा बहजा कराई पई आ किने का तो है सारे पीजे ये कि हम जिदा एकदम झटका वजन ही वाला वा बस कि आप इदा ना हो कस्टमर आके साडे लिए तुसीं पिज्जा बनाया ही नहीं है ना मिंटो मिंट सारी मतलब नॉन वेज वेज सारे तैयार करके हां जी एक साइड ते वेज ही है ते एक साइड ते चिकन की थोड़ा जा ध्यान रख के गोरे जिन्ने आउंदे ने काले आ रहे ने तड़ा तड़ा ये गोरियां वास्ते आपां उपर भी लाए आ मीट वाले पिज्जे ये मीट वाले भी लाए वास्ते अड अड रखे वेज सारे हां जी आ वेज ही है सारे ते इधर सारे चिकन वाले बाकी अलग अलग रखे चलो चंगी गल ते है हाउ आर यू आई एम गुड हाउ आर यू व्हाट इज योर नेम जानेंगे अनुराग अनुराग You know English? Yeah. You know Hindi? A little bit. Hindi? I can understand. Aap, Hindi, you can speak one dialogue of Sholay film. कुत्ते मैं तेरा खून पी जाऊंगा कुत्ते मैं तेरा खून पी जाऊंगा नहीं मेरा नहीं कुत्ते का पीना थैंक यू वेरी मच लो जी हुण मैं जिन्हां कोले पहुंचा ये भी एक महान हस्ती कह सकते नवाडा दी की बल्कि अमेरिका की पूरी पूरे मशहूर ने हर काम दे विच वध चढ़ के हिस्सा लेंदे ने चंगे कामां च कोई सोशल काम होवे कोई अपनी कम्यूनिटी का काम होए तो वो हिस्सा लेंगे ने इतने रिंडो के भी इन्हों के काफ़ी कारोबार है सो इन्हों बड़ी मुश्किल के नाल लभ्या टाइम इन्हों को होंदा नहीं नाम इन्हों का है दलजीत सिंह बसंती हाँ जी भाजी दलजीत बसंती बसंती नाम बारे दसो पहला तो हाँ जी बसंती साडा लास्ट नेम है जी चंदू माजरा अपना प्रेम सिंह चंदू माजरा लास्ट नेम बसंती है वो भी बसंती है अच्छा वो फिर तंगा नहीं रखते होने भी राजनीति च लगता भी अगला करे अरे बसंती इधर आओ हाँ जी हाँ जी इदा ही होना है पर अपना नाम पिंड का नाम चंदू माजरा नाल लांदे है अच्छा जी साडे 26 पिंड ने साडे पंजाब दे विच बसंतियां दे हाँ जी हाँ जी ते बसंती साहब एक गाना है हिंदी का ओ बसंती पवन पागल ना जा रे ना जा उच पवन पागल कौन हैगा कोई बंदा के वैसे ही गाना ओदा वैसे ही गाना बड़े लगदा वैसे लगदा हां जी बहुत बढ़िया बहुत खुशी हुई जी अच्छा ਤੁਸੀਂ ਇੱਥੇ ਕਿੰਨੀ ਦੇਰ ਤੋਂ ਹੈਗੋ ਰੀਨੋ ਵਿੱਚ ਸਾਨੂੰ 22 ਸਾਲ ਹੋ ਗਏ ਜੀ ਰੀਨੋ ਦੇ ਵਿੱਚ ਤੇ ਪੰਜਾਬ ਤੋਂ ਤੁਹਾਡਾ ਪਿੰਡ ਫੇ ਚੰਦੂ ਮਾਜਰਾ ਪਿੰਡ ਸਾਡਾ ਨਹੀਂ ਚੰਦੂ ਸਾਡਾ ਪਿੰਡ ਸਮਰਾਲਾ ਜੀ ਅਸੀਂ ਸਮਰਾਲੇ ਤੋਂ ਲੁਧਿਆਣੇ ਬਿਲੋਂਗ ਕਰਦੇ ਆ ਤੇ ਆਪਣੀ ਪ੍ਰਾਪਰਟੀ ਹੈ ਤੇ ਹਰਪ੍ਰੀਤ ਭਾਜੀ ਸਾਨੂੰ ਮੈਨੂੰ ਜਾਣਦੇ ਜੀ ਆਪਣੇ 20 22 ਸਾਲ ਜਾਨੇ ਕੋਈ ਕੋਪੀ ਜਾਂਦਾ ਸੀਗਾ ਤੇ ਇਹਨਾਂ ਮੈਂ ਕਿਹਾ ਪੁੱਛ ਕੀਤਾ ਵੀ ਇੱਥੇ ਆਓ ਅਸੀਂ ਹੁਣ ਦੋ ਲੋਕੇਸ਼ਨਾਂ ਖੋਲੀਆਂ ਨੇ ਇੱਥੇ ਇੱਕ ਇਹ ਲੋਕੇਸ਼ਨ ਹੈ ਜੀ ਇੱਕ ਆਪਣੇ ਉੱਪਰ ਨਛੱਤਰ ਭਾਜੀ ਨੇ ਖੋਲੀ ਹੈ ਇਹ ਦੋਨੋਂ ਮਾਈ ਖਲਵਾਈਆਂ ਨੇ ਤੇ ਇਹ ਆਪਣੀ ਪ੍ਰਾਪਰਟੀ ਆਪਣੇ ਹੀ ਜਗ੍ਹਾ ਤੇ ਬਿਸ਼ਨ ਭਾਜੀ ਸਾਡੇ ਗੁੱਡ ਫਰੈਂਡ ਨੇ ਤੇ ਮੈਨੂੰ ਲੱਗਦਾ ਬਹੁਤ ਵਧੀਆ ਆਪਣਾ ਪੀਜ਼ਾ ਇੱਥੇ ਚੱਲੂਗਾ ਤੇ ਇਹ ਸ਼ਹਿਰ ਜਿਹੜਾ ਰੀਨੋ ਤੁਸੀਂ ਖਾਸ ਤੌਰ ਤੇ ਕਿਉਂ ਚੁਣਿਆ ਹਾਲਾਂਕਿ ਪੂਰਾ ਅਮਰੀਕਾ ਪਿਆ ਜੀ ਸਾਰੇ ਕੰਮਕਾਰ ਵਧੀਆ ਨੇ ਇੱਥੇ ਤਾਂ ਮੈਂ ਸੁਣਿਆ ਮੀਂਹ ਬੜਾ ਪੈਂਦਾ ਔਨ ਡਿਮਾਂਡ ਹੀ ਆ ਜਾਂਦਾ ਮੀਂਹ ਹੁਣ ਸੋਚੋ ਵੀ ਰੱਬ ਜੀ ਮੀਂਹ ਪਾ ਦਿਓ ਰੱਬ ਨੇ ਘੰਟੇ ਤੱਕ ਮੀਂਹ ਪਾਣਾ
ਇਹ ਸ਼ਹਿਰ ਕਿਉਂ ਚੁਣਿਆ? ਨਹੀਂ ਇੱਦਾਂ ਅਸੀਂ ਪਹਿਲਾਂ ਨਿਊਯਾਰਕ ਆਏ ਸੀ ਜੀ 1983 'ਚ, ਅਤੇ ਫਿਰ ਅਸੀਂ ਕੈਲੀਫੋਰਨੀਆ ਵੀ ਰਹੇ ਹਾਂ ਬੇਰੀਏ 'ਚ, ਇੱਥੇ ਰੀਨੋ ਪਰੀਆਂ ਦਾ ਸ਼ਹਿਰ ਹੈ ਜੀ। ਹਾਏ ਹਾਏ ਕੀ ਹੈ ਇੱਥੇ ਇੰਨਾ ਵਧੀਆ ਮੌਸਮ ਹੈ ਜੀ, ਰਾਤ ਨੂੰ ਤੁਸੀਂ ਬਾਹਰ ਨਹੀਂ ਬੈਠ ਸਕਦੇ, ਇੰਨਾ ਸੋਹਣਾ ਮੌਸਮ। ਪਰੀਆਂ ਕਿੰਨੇ ਕੁ ਵਜੇ ਦਿਖਦੀਆਂ ਉਹ ਦੱਸ ਦਿਓ ਮੈਨੂੰ, ਮੈਂ ਫਿਰ ਕਿਹੜਾ ਕਿਹੜਾ ਖਾ ਲਿਆਂਗੇ ਜੇ ਤੁਸੀਂ ਕਹੋ, ਪਰ ਸਾਡਾ ਸ਼ਹਿਰ ਹੀ ਪਰੀਆਂ ਦਾ, ਅਸੀਂ ਖਾਲੀ ਕਰਕੇ ਤੋਰੀ ਜਿਹੜਾ ਉੱਥੇ ਬੰਦਾ ਆਉਂਦਾ। ਹਾਏ ਹਾਏ ਹਾਏ, ਕਸੀਨੋ ਬੜੇ ਇੱਥੇ ਹੈ ਜੀ? ਹਾਂਜੀ ਕਸੀਨੋ ਹੈ। ਤੁਹਾਡੇ ਵੀ ਕਸੀਨੋ? ਦੋ ਚਾਰ ਸਾਡਾ ਕੋਈ ਕਸੀਨੋ ਨਹੀਂ, ਸਾਡੇ ਕੋਲ ਹੋਟਲ ਦੇ ਵਿੱਚ ਕਸੀਨੋ ਨਹੀਂ ਰੱਖਿਆ? ਨਹੀਂ 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 ਨਹੀਂ, ਮੈਂ ਗਿਆ ਸੀਗਾ ਜੀ ਲਾਸ ਵੇਗਾ 'ਚ, ਉੱਥੇ ਤਾਂ ਡਾਕਟਰਾਂ ਨੇ ਵੀ ਕਸੀਨੋ ਰੱਖੀਆਂ, ਮਸ਼ੀਨਾਂ ਰੱਖੀਆਂ ਹੋਈਆਂ ਵੀ ਜੇ ਪੇਸ਼ੈਂਟ ਵਿਹਲਾ ਹਜੇ ਵਾਰੀ ਨਹੀਂ ਆਈ, ਚੱਲ ਤੁਸੀਂ ਉੱਥੇ ਉਹ ਕਸੀਨੋ ਖੇਡ ਲਓ। ਨਹੀਂ ਉਹ ਤਾਂ ਫਿਰ ਟੀਕੇ ਲਾ ਕੇ ਬਥੇਰੇ ਪੈਸੇ ਬਣਾ ਲਏ, ਤੁਹਾਨੂੰ ਪਤਾ ਹੀ ਉਹਨਾਂ ਦਾ ਡਾਕਟਰ ਦਾ ਕੰਮ ਵਧੀਆ ਚੱਲਦਾ ਜੀ। ਨਹੀਂ ਸਾਡਾ ਸ਼ਹਿਰ ਸਾਫ਼ ਸੁਥਰਾ ਸ਼ਹਿਰ ਹੈ ਜੀ, ਛੋਟਾ ਸ਼ਹਿਰ ਹੈ, ਬਹੁਤ ਸੋਹਣਾ ਸ਼ਹਿਰ ਹੈ। ਇੱਥੇ ਕਾਹਦਾ ਆਪੇ ਕਾਰੋਬਾਰ ਕੀ ਨੇ ਆਪਣੇ? ਇੱਕ ਤਾਂ ਚਲੋ ਇਹ ਹੋਟਲ ਜਿੱਥੇ ਆਪਾਂ ਨਾਲ ਹੀ ਇਹ ਸ਼ਿਕਾਗੋ ਪੀਜ਼ਾ ਜਿੱਥੇ ਖੁੱਲਿਆ, ਅਤੇ ਹੋਟਲ ਹੋ ਗਏ, ਹੋਰ ਕਿਹੜੇ ਕਾਰੋਬਾਰ ਨੇ? ਸਾਡੇ ਕੋਲ ਦੋ ਮੋਡਲ ਹੋਰ ਨੇ ਜੀ, ਸਾਡੇ ਕੋਲ ਟੋਟਲ ਤਿੰਨ ਮੋਡਲ ਨੇ, ਤਿੰਨ ਭਰਾ ਇੱਥੇ। ਸਾਡੇ ਕੋਲ ਫਾਸਟ ਫੂਡ ਹੈਗੇ ਨੇ ਪੋਟਫ ਸਾਹਿਬ, ਅਤੇ ਪਹਿਲਾਂ ਮੇਰੇ ਕੋਲ 13 ਹੁੰਦੇ ਸੀਗੇ, ਅਤੇ ਹੌਲੀ ਹੌਲੀ ਕਰਦੇ ਸੀ 5 ਕਰਤੇ, ਅਤੇ ਹੁਣ ਸਾਡੇ ਕੋਲ 5 ਪੋਟਫ ਸਾਹਿਬ ਵੀ ਹੈਗੇ। ਜਿਵੇਂ ਹੁਣ ਤੁਸੀਂ ਇੰਨੇ ਬਿਜ਼ੀ ਹੋ, ਤੁਹਾਡੇ ਇਹਦੇ ਬਿਜ਼ਨਸ ਹੈਗੇ ਨੇ, ਬਿਜ਼ੀ ਰਹਿੰਦੇ ਫਿਰ ਐਂਟਰਟੇਨਮੈਂਟ ਕਿਵੇਂ ਕਰਦੇ ਹੋ ਕਿ ਟਾਈਮ ਕੱਢ ਲੈਂਦੇ ਹੁੰਦੇ ਜਾਂ ਕੰਮਾਂ ਕਾਰਾਂ 'ਚੋਂ ਟਾਈਮ ਲੱਗਦਾ ਨਹੀਂ? ਨਹੀਂ ਅਸੀਂ ਫ੍ਰੀ ਹਾਂ ਜੀ ਬਿਲਕੁਲ, ਤਿੰਨੇ ਭਰਾ ਅਸੀਂ ਕੰਮ ਬਹੁਤ ਕੀਤਾ, ਮਿਹਨਤ ਬਾਬੇ ਦੀ ਕਿਰਪਾ ਨਾਲ ਬੜਾ ਸੋਹਣਾ ਕੰਮ ਚੱਲਦਾ, ਅਤੇ ਸਾਰੇ ਭਰਾਵਾਂ ਨੇ ਜਿੰਨੀ ਅਸੀਂ ਮਿਹਨਤ ਕਰੀ ਹੈ, ਪਰਮਾਤਮਾ ਨੂੰ 1000 ਗੁਣਾ ਵੱਧ ਦਿੱਤਾ, ਅਤੇ ਮੈਂ ਸਾਰੇ ਸ਼ੋਅ ਮੈਂ ਕਰਾਉਣਾ ਇੱਥੇ ਰੀਨੋ ਵਿੱਚ, ਜਿੰਨੇ ਵੀ ਸਿੰਗਰ ਆਉਂਦੇ ਨੇ, ਚਾਹੇ ਕੋਈ ਲਾ ਦਲਜੀਤ ਤੋਂ ਲੈ ਕੇ ਇੱਕ ਗੁਰਦਾਸ ਮਾਨ ਭਾਅ ਜੀ ਨਹੀਂ ਆਏ, ਗੁਰਦਾਸ ਮਾਨ ਸਾਹਿਬ, ਬਾਕੀ ਸਾਰੇ ਸਿੰਗਰਾਂ ਸ਼ੋਅ ਮੈਂ ਕਰਾਏ ਨੇ ਇੱਥੇ, ਮੈਂ ਅਤੇ ਵਿਜਲ ਭਾਅ ਜੀ ਕਰਾਉਂਦੇ ਹਾਂ। ਲਓ ਜੀ ਵਧੀਆ ਵਧੀਆ ਕਰਾਈ ਪਈ ਸ਼ਿਕਾਗੋ 'ਚ ਪੀਜ਼ਾ ਵਿਦ ਏ ਟਵਿਸਟ। ਹੁਣ ਮੈਨੂੰ ਗਾਣਾ ਚੇਤੇ ਆ ਰਿਹਾ, ਕਾਲੇ ਪਾਣੀਓ ਮੋੜ ਨੂੰ ਖੱਤ ਬਿਛਨੇ ਪਾਇਆ, ਨਹੀਂ ਸੱਚੋ ਕਿਸ਼ਨਾ ਸੀ ਇੱਥੇ, ਮੈਂ ਜਿਹਨੂੰ ਲੱਭਦਾ ਫਿਰਦਾ ਉਹ ਹੈਗੇ ਬਿਸ਼ਨ ਸਿੰਘ ਪਰਮਾਰ। ਇਹ ਹਾਂਜੀ ਵਾਹ, ਲੱਭ ਗਏ ਮਹਾਰਾਜ, ਲੱਭ ਗਏ ਬਿਸ਼ਨ ਸਿੰਘ ਪਰਮਾਰ ਸਾਹਿਬ। ਪਹਿਲਾਂ ਤਾਂ ਜੀ ਬਹੁਤ ਬਹੁਤ ਵਧਾਈ। ਥੈਂਕ ਯੂ ਜੀ, ਥੈਂਕ ਯੂ ਤੁਹਾਨੂੰ ਵੀ ਜੀ, ਬਹੁਤ ਦੂਰੋਂ ਆਉਣ ਦਾ। ਮੈਂ ਕਹਿੰਦਾ ਰੌਣਕਾਂ ਲਾਈਆਂ ਪਈਆਂ ਸ਼ਿਕਾਗੋ 'ਚ ਪੀਜ਼ਾ ਦੀਆਂ, ਅਤੇ ਰੀਨੋ ਦੇ ਵਿੱਚ। ਹਾਂਜੀ ਹਾਂਜੀ ਜੀ, ਇੱਦਾਂ ਹੀ ਫੱਟੇ ਚੱਕੀ ਦੇ ਆ। ਮੈਂ ਕਹਿੰਦਾ ਫੱਟੇ ਇਹਨਾਂ ਨੇ ਚੱਕੇ ਪਏ ਹਰਪ੍ਰੀਤ ਹੁਣਾਂ ਨੇ ਸਾਰੇ ਪੂਰੇ ਅਮੈਰੀਕਾ ਦੇ ਵਿੱਚ, ਅਤੇ ਮੈਨੂੰ ਲੱਗਦਾ ਹੁਣ ਗਾਹਾਂ ਕਨੇਡਾ ਕਨੂਡਾ ਵਾਲੇ ਪਾਸੇ ਨੂੰ ਵੀ ਹੋ ਰਹੇ ਆ, ਅਤੇ ਆਸਟ੍ਰੇਲੀਆ ਵੱਲ ਨੂੰ ਵੀ ਹੋ ਰਹੇ ਆ। ਠੀਕ ਹੈ ਜੀ, ਠੀਕ ਹੈ। ਤੁਸੀਂ ਵੈਸੇ ਇੱਥੋਂ ਹੀ ਹੋ ਖਾ ਸਕੇ? ਹਾਂਜੀ ਹਾਂਜੀ, ਰੀਨੋ ਦਾ ਜੀ, ਰੀਨੋ ਦੇ ਹੀ ਹੋ। ਹਾਂਜੀ ਹਾਂਜੀ, ਅਤੇ ਇਹ ਤੋਂ ਪਹਿਲਾਂ ਕੀ ਸ਼ੁਗਲ ਮਿਲਿਆ ਆਪਣਾ? ਪਹਿਲਾਂ ਜੀ ਇੰਡੀਅਨ ਰੈਸਟੋਰੈਂਟ ਆ, ਇੰਡੀਆ ਕਬਾਬ ਐਂਡ ਕਰੀ। ਅੱਛਾ, ਉਹ ਵੀ ਹੈਗਾ? ਹਾਂਜੀ, ਠੀਕ ਹੈ। ਅਤੇ ਫਿਰ ਨਾਲ ਇਹ ਹੁਣ ਕਰਿਆ ਅਤੇ ਇਹ ਸ਼ਿਕਾਗੋ 'ਚ ਪੀਜ਼ਾ ਦਾ ਤੁਹਾਡੇ, ਤੁਸੀਂ ਲੋਕਾਂ ਦਾ ਕਿਸੇ ਦਾ ਬਿਜ਼ਨਸ ਦੇਖ ਕੇ ਤਾਂ ਆਪ ਇਹ ਕੀਤਾ ਸ਼ੁਰੂ, ਜਾਂ ਫਿਰ ਤੁਹਾਨੂੰ ਲੱਗਿਆ ਵੀ ਵਾਕਿਆ ਹੀ ਇਹ ਬਹੁਤ ਵਧੀਆ ਬਿਜ਼ਨਸ ਹੈ? ਇਹ ਜੀ ਪਹਿਲਾਂ ਟਰਾਈ ਕੀਤਾ, ਵਧੀਆ ਲੱਗਾ, ਵਧੀਆ ਇਹਨਾਂ ਦਾ ਜੋ ਵੀ ਹੈਗਾ ਸਭ ਬਹੁਤ ਵਧੀਆ, ਇੰਡੀਅਨ ਨਾਲ ਅਟੈਚ ਆ, ਇਸ ਕਰਕੇ ਸੋਚਿਆ ਵੀ ਚਲੋ ਸ਼ਿਕਾਗੋ ਪੀਜ਼ੇ ਦੇ ਚੰਡੀਗੜ੍ਹ ਕਰ ਦੇਣੇ ਆ। ਮੈਂ ਕਹਿੰਦਾ ਰੌਣਕਾਂ ਲੱਗੀਆਂ ਪਈਆਂ ਦੇਖੋ, ਐਨ ਲੋਕ ਗੋਰੇ ਵੀ ਐਂ ਕਰਦੇ ਜਾਂਦੇ ਆ, ਉਹਨਾਂ ਨਾਲ ਵੀ ਗੱਲਬਾਤ ਕਰਨੀ ਆ। ਵੈਰੀ ਵੈਰੀ ਟੇਸਟੀ ਕਹਿੰਦੇ, ਵੈਰੀ ਟੇਸਟੀ। ਅਤੇ ਅੱਛਾ ਉੱਦਾਂ ਕਿਹੜਾ ਏਰੀਆ ਪੰਜਾਬ ਤੋਂ? ਪੰਜਾਬ 'ਚੋਂ ਜਲੰਧਰ ਜੀ। ਅੱਛਾ, ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ ਰੀਨੋ ਵਿੱਚ ਕਰਿਆ ਕੀ? ਬਿਜ਼ਨਸ ਬਿਜ਼ਨਸ, ਹਾਂ ਸੋਰੀ ਸੋਰੀ, ਉਹ ਥੋੜ੍ਹੀ ਜਿਹੀ ਜਿਹੜੀ ਨਾ ਜਵਾਨ ਖੋਤਾ ਖਾ ਜਾਂਦੀ ਹੈ, ਉਹ ਸਾਰੀ ਗੋਤਾ ਖਾ ਜਾਂਦੀ ਹੈ। ਹਾਂਜੀ ਹਾਂਜੀ, ਅਤੇ ਕਿੰਨੀ ਦੇਰ ਹੋ ਗਈ ਇੱਥੇ? 14 ਸਾਲ ਹੋ ਗਏ ਜੀ, 14-15 ਸਾਲ। ਜਲੰਧਰੋਂ ਫਿਰ ਆ ਕੇ ਇੱਥੇ ਚੱਕਰ ਲੱਗਦਾ ਰਹਿੰਦਾ? ਹਾਂਜੀ ਹਾਂਜੀ, ਆਪਣੇ ਬਸੰਤੀ ਭਾਅ ਜੀ ਤੁਹਾਡੇ ਨਾਲ ਖੜੇ ਨੇ, ਦੇਖੋ ਬ੍ਰਦਰ ਜੀ। ਹਾਂ ਵੈਸੇ ਵੀ ਨਾਮ ਹੀ ਬਸੰਤੀ, ਅਤੇ ਵੈਸੇ ਵੀ ਮੈਂ ਕਹਿੰਦਾ ਜਿਵੇਂ ਬਸੰਤ ਵੇਲੇ ਫੁੱਲ ਨਹੀਂ ਖੜੇ ਹੁੰਦੇ ਸਰੋਂ ਦੇ, ਉਵੇਂ ਖੜੇ ਰਹਿੰਦੇ ਹਰ 24 ਘੰਟੇ। ਹਾਂਜੀ ਹਾਂਜੀ, ਅਤੇ ਅੱਛਾ ਦੱਸੋ ਸ਼ਿਕਾਗੋ ਪੀਜ਼ਾ ਬਾਰੇ ਦੱਸੋ, ਰੀਨੋ ਦੀ ਇਸ ਲੋਕੇਸ਼ਨ ਬਾਰੇ ਦੱਸੋ, ਪੂਰੀ ਦੁਨੀਆਂ ਦੇ ਵਿੱਚ ਦੇਖਣਾ ਹੈਗਾ ਲੋਕਾਂ ਨੇ। ਹਾਂਜੀ, ਅਤੇ ਕਿੱਥੇ ਕੁ ਲੋਕੇਸ਼ਨ ਆ, ਕੀ ਇਹਦੀ ਖਾਸੀਅਤ ਹੈ, ਕੀ ਸਹੂਲਤਾਂ ਨੇ? ਪਾਰਕਿੰਗ ਤਾਂ ਮੈਂ ਦੇਖੀ ਬਾਹਰ ਬੜੀ, ਪਾਰਕਿੰਗ ਤਾਂ ਬਹੁਤ ਹੈ, 300 ਗੱਡੀ ਦੀ ਪਾਰਕਿੰਗ ਇੱਥੇ ਜੀ। ਹਾਂਜੀ, ਅਤੇ ਕੀ ਖਾਸੀਅਤ ਹੈ, ਕੀ ਤੁਹਾਡੇ ਇਸ ਲੋਕੇਸ਼ਨ 'ਤੇ? ਇੱਥੇ ਜੀ ਬਹੁਤ ਮਿਡ ਟਾਊਨ ਦੇ ਵਿੱਚ ਆ, ਖੁੱਲ੍ਹੀ ਜਗ੍ਹਾ ਆ, ਮਤਲਬ ਮਿਡਲ ਟਾਊਨ ਦੇ ਵਿੱਚ ਆ, ਏਅਰਪੋਰਟ ਨਾਲ ਆ। ਅੱਛਾ ਹਾਂਜੀ, ਏਅਰਪੋਰਟ ਵੀ ਨੇੜੇ ਹੀ ਆ? ਨੇੜੇ 5 ਮਿੰਟ ਜੀ। ਠੀਕ ਹੈ ਜੀ, ਖਿੱਚਿਆ ਜਾਣਾ ਕੰਮ ਨਾਲ ਪੂਰਾ ਹੈ ਜੀ, ਫੱਟੇ ਚੱਕ ਹੋ ਜਾਣਾ। ਮੈਂ ਕਹਿੰਦਾ ਵੀ ਜਿਹੜੇ ਇੱਥੇ ਬਸੰਤੀ ਭਾਈ ਦੇ ਹੋਟਲ 'ਚ ਠਹਿਰੇ ਹੋਣੇ ਜਿੰਨੇ ਵੀ ਗੈਸਟ, ਹਾਂਜੀ, ਉਹਨਾਂ ਨੇ ਸਿੱਧਾ ਕਹਿਣਾ ਜੀ ਆ ਪੀਜ਼ਾ ਸਾਡਾ ਭੇਜ। ਪੀਜ਼ਾ ਜੀ ਆਹ ਆਪਣਾ ਮੋਟਲ ਆ, ਇਹ 'ਚ ਹੈਗਾ 103 ਕਮਰੇ ਆ, ਸਾਹਮਣੇ ਮੋਟਲ ਆ, ਮੋਟਲ 8 ਉਹਦੇ ਵਿੱਚ ਹੈਗਾ ਜੀ 150 ਕਮਰਾ। ਬਹਿ ਜਾ ਬਹਿ ਜਾ ਜੀ, ਮੈਂ ਕਹਿੰਦਾ ਜੀ ਪਰਮਾਰ ਸਾਹਿਬ ਦੀ ਬੱਲੇ ਬੱਲੇ। ਠੀਕ ਹੈ ਜੀ, ਫਿਰ ਤਾਂ ਬਿਸ਼ਨ ਨਾਲ ਹੈ ਜੀ। ਹਾਂਜੀ ਹਾਂ, ਨਾਮ ਬੜਾ ਵਧੀਆ, ਬਿਸ਼ਨਾ ਬੜਾ ਘਰਦਿਆਂ ਨੇ ਸੋਚ ਕੇ ਰੱਖਿਆ। ਦੇਖੋ ਜੀ ਹੁਣ ਇਹਦਾ ਬਿਸ਼ਨਾ ਜਲੰਧਰ ਵਾਲਾ ਬੱਬਾ ਬਿਸ਼ਨਾ, ਬੱਬਾ ਬਸੰਤੀ, ਮੈਂ ਵੀ ਤਾਂ ਹੀ ਬੱਬਾ ਹੀ ਰੱਖਿਆ ਨਾਂ ਬਿਕਰ। ਪਰ ਮੇਰੀ ਉਹ ਗੱਲ ਨਹੀਂ ਬਣੀ ਜੋ ਬੱਬੇ ਤੁਹਾਡੇ ਵਾਲੇ ਬਾਬਿਆਂ ਦੀ ਬਣ ਗਈ ਹੈ। ਚਲੋ ਜੀ, ਬੜੀ ਮਿਹਰਬਾਨੀ ਕਰਦੇ ਇੰਜੋਏ।
ਤੁਸੀਂ ਕੋਈ ਗਿਫਟ ਗੁਫਟ ਪੁਲਿਸ ਨੂੰ ਦੇਣਾ ਚਾਹੋ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਠੀਕ ਹੈ, ਜ਼ਰੂਰ ਦੇਵਾਂ ਜੀ। ਠੀਕ ਹੈ ਜੀ, ਜਾਣ ਲੱਗੇ। ਹਾਂਜੀ, ਕੀ ਹਾਲ ਚਾਲ? ਠੀਕ ਹੈ ਬਾਈ, ਤੁਸੀਂ ਸੁਣਾਓ? ਇੱਥੇ ਹੀ ਬਾਹਰੋਂ ਆਏ? ਮੈਂ ਇੱਥੇ ਹਾਂ ਜੀ, ਰੀਨੋ ਹੀ। ਅੱਛਾ, ਹਾਂਜੀ ਹਾਂਜੀ। ਬਹਿ ਜਾ ਕਰਾਈ ਵੀ, ਚਲੋ ਬੜੀ ਮਿਹਰਬਾਨੀ, ਦੇਖਦੇ ਹੋਰ ਕੀ ਮਾਹੌਲ ਹੈ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਕੁਲਵੰਤ ਸਿੰਘ ਮਾਂਡਾ ਜੀ। ਹਾਂਜੀ ਕੁਲਵੰਤ ਸਾਹਿਬ, ਪ੍ਰਧਾਨ ਜੀ ਹੋ ਤੁਸੀਂ ਗੁਰੂ ਘਰ ਇੱਥੇ ਨਾ? ਹਾਂਜੀ। ਅਤੇ ਅੱਜ ਆਏ ਹੋ ਸ਼ਿਕਾਗੋ ਪੀਜ਼ਾ ਦੇ ਵਿੱਚ, ਕਿਵੇਂ ਲੱਗਦਾ ਇਹਨਾਂ ਦਾ? ਖਾਸ ਤੌਰ 'ਤੇ ਵੈਜੀ ਪੀਜ਼ਾ ਜਿਹੜਾ ਹੁੰਦਾ ਉਹ ਮੈਂ ਸੁਣਿਆ ਵਧੀਆ ਹੁੰਦਾ? ਬਹੁਤ ਸੋਹਣਾ ਲੱਗਦਾ ਜੀ, ਸਾਰਾ ਕੁਛ ਪਾ ਕੇ, ਅਦਰਕ ਉਦਰਕ ਪਾ ਕੇ, ਹਰ ਚੀਜ਼ ਪਾ ਕੇ ਲਾਉਂਦੇ ਆ, ਬਹੁਤ ਸੋਹਣਾ ਲੱਗਦਾ, ਬਹੁਤ ਹੀ ਸਵਾਦ ਹੁੰਦਾ। ਇਹ ਇੱਕ ਚੰਗਾ ਉਪਰਾਲਾ ਇਹਨਾਂ ਦਾ ਜੀ, ਖਾਸ ਤੌਰ 'ਤੇ ਵੈਸ਼ਨੋ ਲੋਕ ਜਿਹੜੇ ਸੀ ਪਹਿਲਾਂ ਖਾਂਦੇ ਨਹੀਂ ਸੀ ਪੀਜ਼ਾ, ਜਿਹੜੇ ਅਮੈਰੀਕਨ ਪੀਜ਼ੇ ਸੀਗੇ ਉਹ ਖਾਂਦੇ ਨਹੀਂ ਸੀ ਕਿਉਂਕਿ ਉਹ ਕੜਛੀਆਂ ਕਟਰ ਕੁਟਰ ਇੱਕੋ ਹੀ ਵਰਤੀ ਜਾਂਦੇ ਹੁੰਦੇ ਸੀਗੇ। ਹਾਂਜੀ ਹਾਂਜੀ, ਇਹ ਚੰਗਾ ਲੱਗਦਾ? ਬਹੁਤ ਚੰਗਾ, ਅਸੀਂ ਵੀ ਇਹਨਾਂ ਵਿੱਚ ਹੀ ਹਾਂ, ਅਸੀਂ ਨਹੀਂ ਕਦੀ ਨਹੀਂ ਖਾਧਾ, ਨਹੀਂ ਗਾ ਮੀਟ ਦੇ ਲਾਗੇ ਨਹੀਂ ਗਿਆ ਕਦੀ, ਇਸ ਕਰਕੇ ਬਹੁਤ ਚੰਗਾ ਲੱਗਦਾ ਜੀ। ਹਾਂਜੀ, ਤੁਹਾਡਾ ਨਾਮ ਜੀ? ਗਿਆਨੀ ਇਕਬਾਲ ਸਿੰਘ ਜੀ। ਜੀ ਗਿਆਨੀ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਖਾਸ ਤੌਰ 'ਤੇ ਸਾਡੇ ਪੰਜਾਬੀਆਂ ਦੀ ਇੱਕ ਬਹੁਤ ਵੱਡੀ ਸਮੱਸਿਆ ਸੀ ਕਿ ਵੈਜੀ ਚੀਜ਼ ਜਿਹੜੀ ਹੈ ਪਿਓਰ ਵੈਜੀ ਨਹੀਂ ਸੀ ਮਿਲਦੀਆਂ, ਅਗਰ ਹੁੰਦੀ ਵੀ ਸੀ ਤਾਂ ਡਰ ਰਹਿੰਦਾ ਸੀਗਾ ਵੀ ਇਹ ਪਤੰਗ ਵਿੱਚ ਮਿਕਸ ਨਾ ਹੋਇਆ ਹੋਵੇ ਕੁਛ। ਇਹਨਾਂ ਦੀ ਇਹ ਖਾਸੀਅਤ ਆ, ਜਿਵੇਂ ਮੇਰੀ ਹਰਪ੍ਰੀਤ ਨਾਲ ਵੀ ਗੱਲ ਹੋਈ ਹੈ ਕਿ ਇਹ ਇਹਨਾਂ ਨੇ ਸਾਰੀਆਂ ਮਸ਼ੀਨਾਂ ਵੀ ਲੱਗ ਰੱਖੀਆਂ ਨੇ ਅਤੇ ਕਟਰ ਵੀ ਸਾਰੇ ਲੱਗ ਨੇ ਵੈਜੀ, ਅਤੇ ਕੀ ਕਹਿਣਾ ਚਾਹੁੰਦੇ? ਵਧੀਆ ਉਪਰਾਲਾ ਹੈ ਇਹ? ਬਹੁਤ ਵਧੀਆ ਉਪਰਾਲਾ ਜੀ। ਅਸਲ ਵਿੱਚ ਸ਼ਿਕਾਗੋ ਪੀਜ਼ਾ ਜਿਹੜਾ ਇਹ ਹੈ ਹੀ ਸਮਝ ਲਓ ਵੀ ਇੰਡੀਆ ਦਾ ਫਲੇਵਰ ਹੈ, ਜੋ ਅਸੀਂ ਚਾਹੁੰਦੇ ਸੀ ਉਹ ਸਾਨੂੰ ਸਾਡੀ ਸਿਟੀ ਵਿੱਚ ਸਰਦਾਰ ਬਿਸ਼ਨ ਸਿੰਘ ਪਰਮਾਰ ਪਰਿਵਾਰ ਜਿਹੜਾ ਬੜੀਆਂ ਸੇਵਾਵਾਂ ਕਰ ਰਿਹਾ ਉਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਅਤੇ ਬਹੁਤ ਚੰਗਾ ਉਪਰਾਲਾ ਹੈ। ਅਰਦਾਸ ਹੈ ਸਤਿਗੁਰੂ ਇਹਨਾਂ ਨੂੰ ਹੋਰ ਤਾਕਤ ਬਖਸ਼ਣ ਤਾਂ ਕਿ ਇਹ ਵਧੇ ਫੁੱਲੇ ਹੋਰ ਬਹੁਤ ਜ਼ਿਆਦਾ। ਹਾਂਜੀ, ਤੁਹਾਡਾ ਕੀ ਨਾਮ ਜੀ? ਸਤਿ ਸ਼੍ਰੀ ਅਕਾਲ ਜੀ, ਸਰਦਾਰ ਮਨਜੀਤ ਸਿੰਘ ਸਾਹਿਬ, ਸਰ ਬੇਕਰ ਸਿੰਘ ਜੀ, ਸਭ ਤੋਂ ਪਹਿਲਾਂ ਆਪ ਨੂੰ ਡਿੱਗੀ ਜੀ ਆਇਆਂ ਰੀਨੋ ਵੱਲੋਂ। ਥੈਂਕ ਯੂ ਜੀ, ਵੈਸੇ ਪੁਲਿਸ ਸਾਹਿਬ ਨੂੰ ਘੱਟ ਹੀ ਜੀ ਐਂ ਕਰਦਾ ਹੁੰਦਾ, ਤੁਸੀਂ ਕਰ ਰਹੇ ਹੋ, ਥੈਂਕ ਯੂ ਤੁਹਾਡਾ। ਮਾਰਾ ਮਾਣ ਹੈ ਤੁਹਾਡੇ ਵਰਗੇ ਵੀਰਾਂ 'ਤੇ, ਜਿਹੜਾ ਸਾਡੀ ਕਮਿਊਨਿਟੀ ਨੂੰ ਇੰਨਾ ਮਤਲਬ ਐਪਰੀਸ਼ੀਏਟ ਕਰਦੇ ਹੋ, ਬਹੁਤ ਹੀ ਚੰਗਾ ਲੱਗਦਾ, ਵੈਰੀ ਨਾਈਸ ਜੀ ਆਇਆਂ ਨੂੰ। ਕੀ ਮਾਹੌਲ ਹੈ ਜੀ ਰੀਨੋ ਦਾ ਇੱਥੇ? ਤੁਸੀਂ ਸ਼ਿਕਾਗੋ 'ਚ ਪੀਜ਼ਾ ਦੀ ਓਪਨਿੰਗ 'ਤੇ ਆਏ ਹੋ, ਗ੍ਰੈਂਡ ਓਪਨਿੰਗ ਇਹਦੀ ਆ ਚੱਲ ਰਹੀ ਆ, ਕੀ ਕਹਿਣਾ ਚਾਹੁੰਦੇ ਇਹਨਾਂ ਨੂੰ, ਕੀ ਸ਼ੁਭਕਾਮਨਾਵਾਂ ਦੇਣੀਆਂ ਚਾਹੁੰਦੇ? ਸਾਡੇ ਸਾਰੀ ਕਮਿਊਨਿਟੀ ਉਹਨਾਂ ਨੂੰ ਗੁੱਡ ਵਿਸ਼ਿਸ਼, ਔਰ ਬਾਕੀ ਕਮਿਊਨਿਟੀਆਂ ਵੀ ਬੜਾ ਐਪਰੀਸ਼ੀਏਟ ਕਰਦੇ ਆ ਕਿ ਸਾਡੀ ਛੋਟੀ ਜਿਹੀ ਕਮਿਊਨਿਟੀ ਹੈ ਰੀਨੋ ਦੇ ਵਿੱਚ ਬੜੀ ਸਕਸੈਸਫੁਲ ਕਮਿਊਨਿਟੀ ਹੈ, ਅਤੇ ਜਿਹੜੇ ਵੱਡੇ ਵੱਡੇ ਇੱਥੇ ਪੁਲਿਸ ਦੇ ਚੀਫ ਜਾਂ ਹੋਰ ਸਿਟੀ ਡਿਪਾਰਟਮੈਂਟ ਉਹ ਬੜਾ ਐਪਰੀਸ਼ੀਏਟ ਕਰਦੇ, ਬੜਾ ਫਖਰ ਮਹਿਸੂਸ ਕਰਦੇ ਕਿ ਆਈ ਐਪਰੀਸ਼ੀਏਟ ਟੂ ਸਿੱਖ ਕਮਿਊਨਿਟੀ, ਲਾਈਕ ਆਈ ਪ੍ਰਾਊਡ ਆਫ ਟੂ ਸਿੱਖ ਕਮਿਊਨਿਟੀ ਰੀਨੋ, ਵੈਰੀ ਨਾਈਸ। ਹਾਂਜੀ, ਤੁਹਾਡਾ ਨਾਮ ਦੱਸ ਦਿਓ ਜੀ ਅਤੇ ਸ਼ੁਭਕਾਮਨਾਵਾਂ ਦਿਓ ਇਹਨਾਂ ਨੂੰ, ਬਿਸ਼ਨ ਸਿੰਘ ਉਹਨਾਂ ਨੂੰ। ਮੇਰਾ ਨਾਮ ਜੀ ਹਰਭਗਵਾਨ ਸੰਧੂ, ਅਤੇ ਮੈਂ ਰੀਨੋ ਰਹਿੰਦੇ ਹਾਂ, ਪਰ ਇਹ ਜਿਹੜਾ ਸ਼ਿਕਾਗੋ ਪੀਜ਼ਾ ਵਾਲੇ ਹੈਗੇ ਆ ਇਹ ਬਿਸ਼ਨ ਬੇਟਾ, ਇਹਨਾਂ ਨੂੰ ਜਿੱਦਣ ਦੇ ਉਹ ਰੀਨੋ 'ਚ ਆਏ ਆ ਉੱਦਣ ਦੇ ਅਸੀਂ ਜਾਣਦੇ ਹਾਂ, ਇੱਥੇ ਰਹਿੰਦੇ ਆ 25 ਸਾਲ ਹੋ ਗਏ ਆ, ਦੇ ਆਰ ਵੈਰੀ ਗੁੱਡ ਨਾਈਸ ਪੀਪਲ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਤੁਹਾਡਾ ਜੀ। ਚੱਕ ਕੇ ਤੁਰ ਪਏ ਕਿਤੇ ਭਾਜੀ, ਮੈਂ ਕਿਹਾ ਫਰੀ ਦੀ ਚੀਜ਼ ਆ ਲੈ ਜਾਈਏ, ਫਰੀ ਦਾ ਤਾਂ ਪੰਜਾਬੀ ਸ਼ੇਰ ਵੀ ਨਹੀਂ ਛੱਡਦੇ, ਚਾਹੇ ਸਾਰੇ ਟੱਬਰ ਨੂੰ ਖਾਜੇ ਕਰ ਜਾਗੇ। ਥੈਂਕ ਯੂ ਤੁਹਾਡਾ ਬਹੁਤ ਬਹੁਤ। ਓਹੋ ਹੋ, ਥੈਂਕ ਯੂ, ਲੈ ਪਿੱਛੇ ਪਿੱਛੇ ਹਟ ਜਾਓ ਮਾੜਾ ਜਿਹਾ, ਹੁਣ ਬਿਕਰ ਬਾਦਸ਼ਾਹ 5 ਪੀਜ਼ੇ ਲੈ ਕੇ ਚੱਲਿਆ। ਆ ਕੈਨ ਯੂ ਓਪਨ ਦਾ ਡੋਰ ਪਲੀਜ਼ ਫਾਰ ਮੀ, ਓਪਨ ਦਾ ਡੋਰ, ਥੈਂਕ ਯੂ। ਆ ਲਓ ਜੀ, ਲਓ ਜੀ ਬਿਕਰ ਬਾਦਸ਼ਾਹ। ਆਹ ਲਓ ਜੀ, ਸਿਆਣੇ ਕਹਿੰਦੇ ਆ ਫਰੀ ਦੀ ਚੀਜ਼ ਜਿਹੜੇ ਪੰਜਾਬੀ ਛੱਡਦੇ ਨਹੀਂ, ਕੁਛ ਵੀ ਮਿਲ ਜੇ। ਹੁਣ ਇੱਥੇ ਪੀਜ਼ਾ ਫਰੀ ਦਾ ਸੀਗਾ, ਮੈਂ ਚੱਕ ਲਿਆ, ਹਾਲਾਂਕਿ ਸਾਰਾ ਮੇਰੇ ਕੰਮ ਆਉਣਾ ਨਹੀਂ, ਨਾ ਮੈਂ ਜਨਾਬ ਇੰਡੀਆ ਤੁਹਾਨੂੰ ਭੇਜ ਸਕਦਾ, ਇੱਥੇ ਕਿਸੇ ਨੂੰ ਬਾਹਰ ਵੰਡ ਦੂੰਗਾ। ਵੈਸੇ ਕੋਸ਼ਿਸ਼ ਤਾਂ ਕਰੂੰਗਾ ਜੇ ਪੰਜ ਦੋ ਦੋ ਚਾਰ $4 ਤੱਕ ਤਾਂ ਵਿਕ ਜਾ ਵੇਚ ਦਈਏ, ਪਰ ਨਹੀਂ ਇੱਦਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਇਹਨਾਂ ਨੇ ਅੱਜ ਸ਼ਿਕਾਗੋ 'ਚ ਪੀਜ਼ਾ ਵਿਦ ਟਵੈਸਟੀ ਗ੍ਰੈਂਡ ਓਪਨਿੰਗ ਦੇ ਵਿੱਚ ਫਰੀ ਪੀਜ਼ਾ ਲਾਇਆ ਸੀਗਾ, ਚਲੋ ਮੈਂ ਲੈ ਕੇ ਚੱਲਿਆ, ਦੋ ਚਾਰ ਦਿਨ 'ਚ ਖਾ ਲਾਂਗੇ, ਰੋਜ਼ ਦਾ ਇੱਕ ਪੀਜ਼ਾ ਖਾਵਾਂਗੇ, 5 ਦਿਨ ਦੀ ਮਾਰ ਹੈ। ਓਕੇ ਬਾਏ।